ਅੱਜ ਅਸੀਂ ਤਕਰੀਬਨ ਸਾਰੇ ਬਹੁਤਾ ਝੂਠ ਦਾ ਸਹਾਰਾ ਲੈਂਦੇ ਹਾਂ। ਖਾਸ ਤੌਰ 'ਤੇ ਆ ਸੋਸ਼ਲ ਮੀਡੀਆ ਫੇਸਬੁੱਕ ਵਗੈਰਾ ਜਿਹੜਾ ਵੇਖੀਦਾ ਹੈ, ਇਹਦੇ 'ਤੇ ਤਾਂ ਕੋਈ ਵਿਰਲਾ ਹੀ ਹੋਵੇਗਾ ਜਿਹੜਾ ਸੱਚ 'ਤੇ ਚੱਲਦਾ ਹੋਵੇਗਾ। ਕਹਿਣ ਨੂੰ ਸਾਰੇ ਹੀ ਕਹਿਣਗੇ ਕਿ ਸੱਚੀ ਗੱਲ ਅਖੇਜੀ ਕੌੜੀ ਲੱਗਦੀ ਹੈ। ਦਾਅਵਾ ਹਰ ਕੋਈ ਕਰਦਾ ਕਿ ਮੈਂ ਸੱਚੀ ਗੱਲ ਕਰਦਾ, ਪਰ ਹੁੰਦਾ ਪੂਰੇ ਦਾ ਪੂਰਾ ਝੂਠ ਹੀ ਹੈ। ਝੂਠੀਆਂ ਗੱਲਾਂ ਬਣਾ ਲੈਣੀਆਂ, ਝੂਠੀਆਂ ਹੀ ਫੋਟੋਆਂ ਐਡਿਟ ਕਰ ਲੈਣੀਆਂ, ਜਾਂ ਇਸੇ ਪ੍ਰਕਾਰ ਕਿਸੇ ਪ੍ਰਸੰਗ ਦਾ ਸਹੀ ਪਤਾ ਨਾ ਹੋਣਾ ਅਤੇ ਉਹਦੇ ਬਾਰੇ ਇਹ ਜਣਾਉਣਾ ਕਿ ਮੈਨੂੰ ਹੀ ਸਭ ਤੋਂ ਵੱਧ ਪਤਾ ਹੈ, ਇਹ ਗੱਲ ਇੱਦਾਂ ਹੈ, ਇਹ ਇੱਦਾਂ ਹੈ, ਇਉਂ ਭੰਡੀ ਪ੍ਰਚਾਰ ਮਹਾਂਪੁਰਖਾਂ ਦੇ ਪ੍ਰਤੀ, ਗੁਰੂ ਪਿਆਰਿਆਂ ਪ੍ਰਤੀ ਕਰਨ ਦਾ ਅੱਜ ਦੇ ਲੋਕਾਂ ਵੱਲੋਂ ਯਤਨ ਕੀਤਾ ਜਾਂਦਾ। ਜਿਹੜੇ ਕੋਈ ਕੰਨਾਂ ਦੇ ਕੱਚੇ ਹੁੰਦੇ ਨੇ ਉਹਨਾਂ 'ਤੇ ਕੁਝ ਨਾ ਕੁਝ ਅਸਰ ਵੀ ਹੋ ਜਾਂਦਾ, ਪਰ ਬਹੁਤ ਜਲਦੀ ਉਹ ਜਿਹੜੇ ਝੂਠ ਦੇ ਬੱਦਲ ਨੇ ਉਹ ਛੱਟ ਜਾਂਦੇ ਨੇ, ਉਹਨਾਂ ਨੂੰ ਦੂਰ ਹੁੰਦਿਆਂ ਕੋਈ ਦੇਰ ਨਹੀਂ ਲੱਗਦੀ। ਅਤੇ ਫਿਰ ਜਿਹੜਾ ਝੂਠ ਬੋਲਣ ਵਾਲਾ ਹੈ ਜਾਂ ਉਹ ਝੂਠੀਆਂ ਗੱਲਾਂ ਸੋਸ਼ਲ ਮੀਡੀਏ 'ਤੇ ਪਾਉਣ ਵਾਲਾ ਹੈ ਜਾਂ ਝੂਠਾ ਭੰਡੀ ਪ੍ਰਚਾਰ ਕਰਨ ਵਾਲਾ ਹੈ, ਲੋਕ ਫਿਰ ਉਸ ਨੂੰ ਕੋਸਦੇ ਨੇ। ਪਰ ਸਾਡਾ ਜੀਵਨ ਇਹੋ ਜਿਹਾ ਹੋ ਗਿਆ ਕਿ ਸਾਡੇ ਮਨ ਵਿੱਚ ਫਿਰ ਵੀ ਸ਼ਰਮਿੰਦਗੀ ਨਹੀਂ ਆਉਂਦੀ ਕਿ ਸਾਡਾ ਝੂਠ ਸਾਬਤ ਹੋ ਗਿਆ, ਹੁਣ ਤਾਂ ਆਪਾਂ ਟਲ ਜਾਈਏ। ਪਰ ਨਹੀਂ, ਉਹ ਝੂਠ ਜਿਹੜਾ ਹੈ ਉਹਨੂੰ ਸੱਚ ਬਣਾਉਣ ਦੇ ਵਾਸਤੇ, ਸੱਚ ਪੇਸ਼ ਕਰਨ ਦੇ ਵਾਸਤੇ ਫਿਰ ਤਰ੍ਹਾਂ ਤਰ੍ਹਾਂ ਦੇ ਬਹਾਨੇਬਾਜ਼ੀਆਂ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ। ਜਿਵੇਂ ਸਿਆਣਿਆਂ ਦੀ ਪੁਰਾਣੀ ਕਹਾਵਤ ਹੈ ਨਾ ਕਿ ਇੱਕ ਝੂਠ ਨੂੰ ਛਪਾਉਣ ਦੇ ਵਾਸਤੇ 100 ਝੂਠ ਹੋਰ ਬੋਲਣੇ ਪੈਂਦੇ ਨੇ। ਇਹ ਹਾਲਤ ਤਕਰੀਬਨ ਸਾਡੀ ਅੱਜ ਸਭਨਾ ਦੀ ਬਣੀ ਹੋਈ ਹੈ। ਸਤਿਗੁਰੂ ਕਿਰਪਾ ਕਰਨ